ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ। ਤੁਸੀਂ ਵੇਖ ਰਹੇ ਜੀ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਵੀਰ ਦੋਸਤ ਜਾਣਦੇ ਨੇ, ਅਸੀਂ ਵੀਰਾਂ ਵਾਸਤੇ ਹਰ ਰੋਜ਼ ਅੱਛੇ ਅਤੇ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੋਈਦਾ। ਰੋਜ਼ ਦੀ ਨਿਸਬਤ ਅੱਜ ਫਿਰ ਵੀਰਾਂ ਵਾਸਤੇ ਕ੍ਰਾਸ ਜਾਨਵਰ ਲੈ ਕੇ ਹਾਜ਼ਰ ਹੋਏ ਹਾਂ। ਉਮੀਦ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲਾਂ ਤੁਹਾਨੂੰ ਜਾਨਵਰ ਵਿਖਾਈਏ, ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਨਾਲ ਹੀ ਲੱਗੇ ਬੈਲ ਆਈਕੋਨ ਨੂੰ ਕਰੋ ਪ੍ਰੈਸ, ਤਾਂ ਕਿ ਸਾਡੀ ਨਈ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਵੇਖੋ। ਜਿਹੜਾ ਅਸੀਂ ਜਾਨਵਰ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਹਾਂ, ਸਾਹੀਵਾਲ ਅਤੇ ਜਰਸੀ ਵਿੱਚ ਕ੍ਰਾਸ, ਦੂਜਨ ਵੈੜੀ, ਅਤੇ ਬਾਕੀ ਤੁਹਾਨੂੰ ਤਸੱਲੀਆਂ ਕਰਵਾਵਾਂਗੇ, ਤੁਰਨ ਫਿਰਨ ਵੀ ਚੈੱਕ ਕਰਾਵਾਂਗੇ। ਲੈਣੇ ਦੇਣੇ ਨਸੀਬ, ਸੌਦੇ ਨਸੀਬਾਂ ਦੇ, ਅਤੇ ਇਨਸ਼ਾਅੱਲਾ ਅਸੀਂ ਮਿਹਨਤ ਕਰੀ ਦੀ ਹੈ, ਸੋਹਣੇ ਅਤੇ ਸੁੱਚੇ ਅਤੇ ਮੁਨਾਸਿਬ ਕੀਮਤ 'ਤੇ ਜਾਨਵਰ ਲੈ ਕੇ ਹਾਜ਼ਰ ਹੋਈਦੇ ਨੇ। ਬੜੀਆਂ ਮਿਹਨਤਾਂ ਕਰੀ ਦੀਆਂ, ਜਾਨਵਰ ਅੱਛਾ ਹੋਵੇ, ਮਿਆਰੀ ਹੋਵੇ, ਸਾਨੂੰ ਜਿੱਥੇ ਵੀ ਜਾਣਾ ਪਵੇ, ਜਿੱਥੇ ਵੀ ਕੋਈ ਵੀਰ ਭਰਾ ਬੁਲਾਵੇ, ਅਸੀਂ ਜਾਈਦਾ ਹੈ। ਅਤੇ ਇਨਸ਼ਾਅੱਲਾ ਅਸੀਂ ਇਵੇਂ ਮਿਹਨਤ ਕਰਦੇ ਰਹਾਂਗੇ, ਸਾਡੀ ਜਿਹੜੀ ਟੀਮ ਹੈ ਮੇਰਾ ਸਾਹੀਵਾਲ ਟੀਮ, ਇਸੇ ਤਰ੍ਹਾਂ ਮਿਹਨਤ ਕਰਦੀ ਰਹੇਗੀ, ਅੱਛੇ ਅਤੇ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੁੰਦੀ ਰਹੇਗੀ। ਜਾਨਵਰ ਤੁਸੀਂ ਵੀਰਾਂ ਨੇ ਵੇਖਣਾ ਹੈ, ਜਾਨਵਰ ਦੀ ਤਸੱਲੀਆਂ ਕਰਨੀਆਂ, ਲੈਣੇ ਦੇਣੇ ਹੁੰਦੇ ਨਸੀਬ, ਅਤੇ ਇਨਸ਼ਾਅੱਲਾ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਕਸਰ ਨਾ ਛੱਡੀਏ, ਜਾਨਵਰ ਵਿਖਾਉਣ ਲੱਗਿਆ ਪੂਰੀਆਂ ਤਸੱਲੀਆਂ ਕਰਵਾ ਦਈਏ। ਵੰਡਾ ਜਾਨਵਰ ਦੀਆਂ ਵੀਰਾਂ ਨੇ ਆਪ ਕਰ ਲੈਣੀ ਹੈ। ਜਾਨਵਰ ਛੋਟਾ ਜ਼ਰੂਰ ਹੈ, ਇੰਨਾ ਵੀ ਛੋਟਾ ਨਹੀਂ, ਦਰਮਿਆਨੇ ਗਾਵਾਂ 'ਚ ਆਉਂਦਾ। ਜੇ ਵੇਖ ਲਓ ਤੁਸੀਂ, ਹਵਾਨੇ ਦੀ ਕੁਆਲਿਟੀ ਵੀ ਤੁਹਾਡੇ ਸਾਹਮਣੇ ਹੈ, ਕੋਈ ਚੀਜ਼ ਵੀ ਤੁਹਾਡੇ ਤੋਂ ਓਝਲ ਨਹੀਂ ਗਈ। ਕੈਮਰੇ ਦੀ ਅੱਖ ਬੋਲ ਬੋਲ ਕੇ ਦੱਸਦੀ ਪਈ ਹੈ ਕਿ ਜਾਨਵਰ ਵਾਕਈ ਨਸਲੀ ਹੈ। ਮਾਸ਼ਾਅੱਲਾ, ਦੁੱਧ ਦੇਣ ਵਾਲਾ ਜਾਨਵਰ ਜੇ, ਕੁਆਲਿਟੀ ਵਾਲਾ ਜਾਨਵਰ ਜੇ, ਥੋੜ੍ਹਾ ਖਾ ਕੇ ਜ਼ਿਆਦਾ ਦੁੱਧ ਦੇਣ ਵਾਲਾ ਜਾਨਵਰ ਜੇ, ਥੋੜ੍ਹਾ ਲੰਮਾ ਤੋੜ, ਥੋੜ੍ਹਾ ਇਸ ਪਾਸੇ ਲਿਆ, ਇਸ ਪਾਸੇ ਇੱਕ ਮਿੰਟ ਰੋਕ ਕੇ ਥਣ ਚੈੱਕ ਕਰਵਾ ਲਈ। ਵੀਰਾਂ ਨੂੰ ਥਣਾਂ ਦੀ ਤਸੱਲੀ ਕਰਵਾਉਣੇ ਹੈ, ਥਣ ਮਾਸ਼ਾਅੱਲਾ ਜੀ ਮੁੱਠ ਭਰ ਥਣ ਜੇ, ਵਿਰਲਾ ਜਾਨਵਰ ਦੀ ਥਣਾਂ ਦੀਆਂ ਪੂਰੀਆਂ ਨੇ, ਕਦ ਵੀ ਜਾਨਵਰ ਦਾ ਪੂਰਾ, ਖੂਨ ਪਿੱਤ ਵੀ ਪੂਰਾ ਜਾਨਵਰ 'ਚ, ਹਵਾਨਾ ਤੁਸੀਂ ਵੇਖ ਸਕਦੇ ਜੇ, ਸਾਹੀਵਾਲ ਵਾਲਾ ਹਵਾਨਾ ਹੈ ਜਾਨਵਰ ਦਾ, ਬਾਕੀ ਰੰਗ ਵੀ ਸੋਹਣਾ ਹੈ, ਲਿਆ ਮੋੜ ਲਿਆ। 2-2 ਇੰਚੀ ਸਿੰਘ ਨੇ ਸਿਰਫ, ਬੜਾ ਲਾਜਵਾਬ ਅਤੇ ਖੂਬਸੂਰਤ ਜਾਨਵਰ ਹੈ, ਥੋੜ੍ਹਾ ਖਾ ਕੇ ਜ਼ਿਆਦਾ ਦੁੱਧ ਦੇਣ ਵਾਲਾ ਜੇ। ਅਤੇ ਇਨਸ਼ਾਅੱਲਾ ਅੱਜ ਮੁੱਲ ਵੀ ਜਿਹੜੇ ਹੋਣਗੇ, ਬੜੇ ਹੀ ਮੁਹੱਬਤਾਂ ਵਾਲੇ ਮੁੱਲ ਹੋਣਗੇ, ਕੀਮਤਾਂ ਅੱਜ ਮੁਹੱਬਤਾਂ ਵਾਲੀ ਹੋਣਗੀਆਂ, ਮੁਨਾਸਿਬ ਕੀਮਤਾਂ ਹੋਣਗੀਆਂ, ਅਤੇ ਇਨਸ਼ਾਅੱਲਾ ਫੁੱਲ ਮੁਹੱਬਤਾਂ ਕਰਕੇ ਜਾਨਵਰ ਤੁਹਾਨੂੰ ਦੇਵਾਂਗੇ ਅੱਜ। ਜਾਨਵਰ ਵੀਰਾਂ ਨੇ ਵੇਖ ਲੈਣਾ, ਜਾਨਵਰ ਦੀ ਵੀਰਾਂ ਨੇ ਕਰ ਲੈਣੇ ਤਸੱਲੀਆਂ, ਸੌਦੇ ਨਸੀਬਾਂ ਦੇ, ਲੈਣ ਦੇ ਨਸੀਬਾਂ ਦਾ। ਜਾਨਵਰ ਮਾਸ਼ਾਅੱਲਾ ਬੜਾ ਹੀ ਖੂਬਸੂਰਤ ਹੈ, ਲਾਜਵਾਬ ਜਾਨਵਰ ਹੈ। ਬੜੇ ਲੋਕ ਆਉਂਦੇ ਸੀ ਵੀ ਸਾਹੀਵਾਲ ਨਸਲ ਦਾ ਅਤੇ ਜਰਸੀ ਵਿੱਚ ਕ੍ਰਾਸ ਕੋਈ ਜਾਨਵਰ ਆਵੇ, ਸਾਜਿਦ ਬਾਈ ਜ਼ਰੂਰ ਉਹਦੀ ਵੀਡੀਓ ਬਣਾਇਆ ਜੇ। ਇਸੇ ਤਰ੍ਹਾਂ ਜਰਸੀ ਦਰਸੀ ਸਾਹੀਵਾਲ ਨਸਲ ਦਾ ਜਾਨਵਰ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਇਹ ਇਹਦੇ ਬੱਚਾ ਜੇ, ਆਹ ਨਾੜੂਆਂ ਦਾ ਲਮਕਦਾ ਪਿਆ ਜੀ। ਬਾਕੀ ਸਭ ਗੱਲਾਂ ਕਰਾਂਗੇ ਮਾਲਕਾਂ ਨਾਲ, ਜਾਨਵਰ ਦੀ ਵੀਰਾਂ ਨੇ ਕਰ ਲਈ ਤਸੱਲੀ, ਬੱਚਾ ਵੀ ਅੱਛੇ ਬਰੀਡ ਦਾ ਲੱਗ ਰਿਹਾ, ਬਾਕੀ ਕੈਮਰੇ ਦੀ ਨਜ਼ਰ ਦੇ ਵਿੱਚ ਹੈ। ਬਾਕੀ ਵੀਰ ਭਰਾ ਖੁਦ ਸਮਝਦਾਰ ਨੇ, ਜਿੰਨੇ ਵੀ ਫਾਰਮਰ ਨੇ, ਸਮਝਦੇ ਨੇ ਜਾਨਵਰਾਂ ਨੂੰ, ਸਮਝ ਗਏ ਹੋਣੇ ਜਾਨਵਰ ਵਾਕਈ ਕੁਆਲਿਟੀ ਵਾਲਾ ਹੈ, ਇੱਥੇ ਨਸਲੀ ਜਾਨਵਰ ਹੈ, ਦੁੱਧ ਦੇਣ ਵਾਲਾ ਜਾਨਵਰ ਹੈ। ਜਾਨਵਰ ਦੀ ਵੀਰਾਂ ਨੇ ਕਰ ਲਈ ਤਸੱਲੀ, ਹੁਣ ਆਪਾਂ ਕਰਦੇ ਹਾਂ ਮਾਲਕਾਂ ਨਾਲ ਗੱਲਾਂ, ਪੁੱਛਦੇ ਹੈ ਇਹਦਾ ਕੀ ਹਿਸਾਬ ਕਿਤਾਬ। ਆਓ ਸਰ, ਇਸ ਪਾਸੇ ਆ ਜਾਓ। ਅਸਲਾਮ ਵਾਲੇਕਮ। ਵਾਲੇਕਮ ਸਲਾਮ। ਆਪੋ ਬਾਈ ਕੀ ਹਾਲ ਚਾਲ ਨੇ? ਅੱਲਾ ਦਾ ਸ਼ੁਕਰ ਹੈ ਸਾਜਿਦ ਬਾਈ, ਤੁਸੀਂ ਸੁਣਾਓ? ਠੀਕ ਠਾਕ, ਸਿਹਤਾਂ ਤਬੀਅਤਾਂ ਬਾਈ ਠੀਕ ਨੇ? ਅਲਹਮਦੁਲਿਲਾ ਜੀ। ਸਰ ਜੀ, ਜਾਨਵਰ ਵੀਰਾਂ ਨੇ ਵੇਖ ਲਿਆ, ਬਿਲਕੁਲ ਜਿਹੜਾ ਜਾਨਵਰ ਅੱਜ ਆਪਾਂ ਲੈ ਕੇ ਆਏ ਹਾਂ, ਸਭ ਤੋਂ ਪਹਿਲਾਂ ਤੁਸੀਂ ਵੀਰਾਂ ਨੂੰ ਇਹ ਦੱਸੋ ਵੀ ਨਸਲ ਕਿਹੜੀ ਦਾ ਜਾਨਵਰ ਅਪਣਾਇਆ? ਇਹ ਭਾਈ ਜੀ ਸਾਹੀਵਾਲ ਤੇ ਜਰਸੀ ਦਾ ਕ੍ਰਾਸ ਜੀ। ਠੀਕ ਹੋਗਾ ਜੀ। ਜਿਹੜਾ ਇਹਦਾ ਬੱਚਾ ਹੈ ਅੱਛੇ ਬਰੀਡ ਦਾ, ਮਤਲਬ ਠੀਕ ਅੱਛਾ ਰਖਵਾਇਆ ਸੀ? ਅੱਛਾ ਟਿੱਕਾ ਰਖਵਾਇਆ ਸੀ, ਅੱਛੇ ਬਰੀਡ ਦਾ। ਇਹ ਵੀ ਵੀਰਾਂ ਨੂੰ ਦੱਸ ਦਿਓ ਵੀ ਸਵੇਰ ਕਿੰਨੇ ਵਜੇ ਸੂਈ ਹੈ? ਇਹ ਸਾਹਿਦ ਭਾਈ 5 ਵਜੇ ਸਵੇਰ ਚ ਸੂਈ ਜੀ। 5 ਵਜੇ ਸੂਈ ਹੈ ਜੀ। 8 ਵਜੇ ਆਪਾਂ ਪਹਿਲਾਂ ਬੋਲਾ ਚੋਇਆ ਇਹਦਾ ਜੇਰ ਪੈਣ ਤੋਂ ਬਾਅਦ। ਠੀਕ ਹੋਗਾ ਜੀ, 8 ਵਜੇ ਬੋਲਾ ਪਹਿਲਾਂ ਆਪਾਂ ਕੱਢ ਲਿਆ। ਕਿੰਨਾ ਬੋਲਾ ਆਇਆ ਪਹਿਲਾਂ? ਬੱਚੇ ਤੋਂ ਛੱਡਣ ਤੋਂ ਬਾਅਦ ਜੀ 8 ਕਿਲੋ ਆਪਾਂ ਚੋਇਆ ਇਹਦਾ, ਜਿਹੜਾ ਠੰਡਾ 8 ਕਿਲੋ ਬੋਲਾ ਜੀ। ਠੀਕ ਹੋ ਗਿਆ ਜੀ।
ਤੇ ਦੂਸਰੀ ਚਵਾਈ ਅਜੇ ਹੋਣੀ ਹੈ, ਦੂਸਰੀ ਚਵਾਈ ਹੋਏਗੀ ਜੀ। ਥਣ ਥੁਣ ਓਕੇ ਨੇ ਜੀ, ਹਰ ਚੀਜ਼ ਦੀ ਗਰੰਟੀ, ਹਰ ਤਰ੍ਹਾਂ ਦੀ ਗਰੰਟੀ ਹੋਏਗੀ ਆਪਣੀ, ਪਿੱਛੇ ਦੀ ਥਣਾਂ ਦੀ ਕੋਈ ਨੁਕਸ ਹੋਏ ਠੀਕ ਹੋਗਾ ਜੀ, ਹਰ ਪਾਸੇ ਗਰੰਟੀ। ਇਹ ਤੁਹਾਨੂੰ ਪਿਆਰ ਮੁਹੱਬਤ ਵਾਲਾ ਮੁੱਲ ਕੀ ਜਿਹੜਾ ਆਪਾਂ ਲੈ ਲੈਣਾ, ਜ਼ਿਆਦਾ ਮੁੱਲ ਨਹੀਂ ਕਰਨਾ, ਮੁਹੱਬਤ ਵਾਲਾ ਮੁੱਲ ਹੋਵੇ ਵੀ ਜਿਹੜੇ ਚਲਾਂ ਦੇ ਨਾਲ ਮੂਵੀ। ਸਾਹਿਬ ਭਾਈ ਤੁਹਾਨੂੰ ਪਤਾ ਜਾਨਵਰ ਦੇ ਮੁਤਾਬਕ ਹੀ ਮੁੱਲ ਕਰੀਦਾ ਜੀ ਜੀ ਬਿਲਕੁਲ। ਗਾਂ ਮਾਸ਼ਾਅੱਲਾ ਆਪਣੀ 7 ਕਿਲੋ ਟਾਈਮ ਦਾ ਦੁੱਧ ਦੇਗੀ, ਆਪਣੀ ਗਰੰਟੀ ਹੋਏਗੀ। ਹਾਲੇ ਤਾਂ ਪਹਿਲਾ ਦਿਨ ਸੂਈ ਨੂੰ ਸਹੀ ਹੋ ਗਿਆ, 4-5 ਦਿਨਾਂ ਤੱਕ ਥੋੜੇ ਬਹੁਤ ਦੁੱਧ ਤੇ ਆਏਗੀ, ਫਿਰ ਮੈਲਾ ਸੁੱਟਣ ਤੋਂ ਬਾਅਦ ਮਰੀਜ਼ ਪਤਾ ਚੱਲੇਗਾ ਠੀਕ ਹੋ ਗਿਆ ਜ਼ਿਆਦਾ ਭਾਈ। 1,60,000 ਰੁਪਏ ਦਾ ਮੁੱਲ ਹੈ, 1,60,000 ਰੁਪਏ। ਹਾਂਜੀ, ਕੋਈ ਅਗਰ ਵੀਰ ਭਰਾ ਆਪਣਾ ਆਉਂਦਾ ਤਾਂ ਉਹਨੂੰ ਥੋੜਾ ਬਹੁਤ ਪਿਆਰ ਮੁਹੱਬਤ ਵੀ ਕਰਾਂਗੇ। ਠੀਕ ਹੋ ਗਿਆ ਜੀ, 1,60,000 ਵਿੱਚ ਕੋਈ ਹੋਰ ਗੁੰਜਾਇਸ਼ ਹੈਗੀ? ਹਾਂਜੀ, ਥੋੜੀ ਬਹੁਤ ਕਰ ਲਵਾਂਗੇ, ਥੋੜੀ ਬਹੁਤ ਗੁੰਜਾਇਸ਼ ਹੋ ਜਾਏਗੀ। ਬਿਲਕੁਲ ਜੀ, ਆਪਾਂ ਪਹਿਲੇ ਮੁਨਾਸਿਬ ਮੁੱਲ ਕੀਤਾ ਜੀ। ਠੀਕ ਹੋ ਗਿਆ ਜੀ, ਇਹਦੇ 'ਚ ਗੁੰਜਾਇਸ਼ ਕੱਢਾਂ ਕਿਉਂਕਿ ਵੀਰ ਭਰਾ ਆਉਂਦਾ ਤਾਂ। ਹਾਂਜੀ ਠੀਕ ਹੋ, 1,60,000 ਰੁਪਏ ਡਿਮਾਂਡ ਕੀਤੀ ਬਾਈ ਆਤਫ ਨੇ, ਕਹਿੰਦੇ ਨੇ ਕਿਉਂਕਿ ਵੀਰ ਭਰਾ ਆਉਂਦਾ ਹੈ ਮੌਕੇ 'ਤੇ ਅਤੇ ਪਿਆਰ ਮੁਹੱਬਤ ਕਰਾਂਗੇ, ਅਤੇ ਇਨਸ਼ਾਅੱਲਾ ਅਸੀਂ ਵੀ ਲੜ ਝਗੜ ਕੇ ਵੀਰਾਂ ਨੂੰ ਪਿਆਰ ਮੁਹੱਬਤ ਕਰਾਵਾਂਗੇ, ਅਤੇ ਇਨਸ਼ਾਅੱਲਾ ਸਲੀਕਾ ਨਾਲ ਜਾਨਵਰ ਸਾਡਾ ਕੰਮ ਵਿਖਾ ਦੇਣਾ। ਅਗਰ ਕੋਈ ਵੀ ਵੀਰ ਭਰਾ ਦੀ ਸਮਝ 'ਚ ਆਉਂਦਾ, ਕੋਈ ਵੀ ਜਾਨਵਰ ਖਰੀਦਣਾ ਚਾਹੁੰਦਾ, ਸਾਡਾ ਵਟਸਐਪ ਨੰਬਰ ਨੋਟ ਕਰ ਲਓ, 0322-7087-633, ਫਿਰ ਨੋਟ ਕਰ ਲਓ, 0322-7087-633, ਇਹ ਸਾਡਾ ਰਾਬਤਾ ਨੰਬਰ ਹੈ, ਇਹ ਸਾਡਾ ਵਟਸਐਪ ਨੰਬਰ ਹੈ। ਸਾਡਾ ਫੇਸਬੁੱਕ 'ਤੇ ਪੇਜ ਹੈ ਮੇਰਾ ਸਾਹੀਵਾਲ ਟੀਵੀ ਦੇ ਨਾਮ ਤੋਂ, ਉਹਨੂੰ ਜੁਆਇਨ ਕਰੋ। ਫੇਸਬੁੱਕ 'ਤੇ ਸਾਡਾ ਪੇਜ ਹੈ ਮੇਰਾ ਸਾਹੀਵਾਲ ਟੀਵੀ, ਗਰੁੱਪ ਵੀ ਸਾਡਾ ਮੇਰਾ ਸਾਹੀਵਾਲ ਟੀਵੀ ਤੋਂ, ਇਹ ਦੋਵਾਂ ਨੂੰ ਜੁਆਇਨ ਕਰੋ। ਹੁਣ ਆਪਣੇ ਮੇਜ਼ਬਾਨ ਸਾਜੇ ਵੇਖ ਲੂ ਦੀ ਇਜਾਜ਼ਤ, ਅੱਲਾ ਹਾਫਿਜ਼।